समाणा शहर से कुछ दिन पहला कृष्णा मार्केट के ज्वैलर की दुकान के लूट की वारदात हुई, जिससे पुलिस ने तुरंत कार्रवाई करते हुए सीसीटीवी को खंगाला और उसके बाद कथित आरोपी ने गिरफ्तार किया है। इस बारे जानकारी हासिल करते हैं गुरदेव सिंह सहायक थानेदार। जिहड़ा कंप्लेनेंट सी शिव कुमार उन्हों एक जिहड़ा बंदा जसविंदर सिंह गाहक बन के आया सी छापा देखने वास्ते उहदे ते शक होया। जदों असीं उस शक्की बंदे नूं जसविंदर सिंह नूं पुछगिछ कीती तां दूजे दोषियों के नाम सामने आए। इहदे विच तीन दोषी ने जिन्हां ने इह मेरी भुगत नाल इह वारदात नूं अंजाम दित्ता है। पिछली बैकग्राउंड इहदे कुछ नहीं, इहदा नवां नवां शुरू करन लगे सी। हुण किस तरह इन्हां ने हथियार कित्थों लिया है, कि सारा मामला हथियार यूपी चों उहदा कोई पक्का एड्रैस नहीं दस रहे, उत्थों लै के आए सी इह ਅਤੇ ਉਹਨਾਂ ਹਥਿਆਰਾਂ ਦੇ ਨਾਲ ਹੀ ਇਹਨਾਂ ਦੇਸੀ ਕੱਟੇ ਸੀ ਪਿਸਤੌਲ, ਉਹਨਾਂ ਹਥਿਆਰਾਂ ਦੇ ਨਾਲ ਹੀ ਇਹਨਾਂ ਨੇ ਵਾਰਦਾਤ ਕੀਤੀ ਹੈ। ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ, 6 ਸੋਨੇ ਦੀਆਂ ਛਾਪਾਂ ਬਰਾਮਦ ਹੋ ਚੁੱਕੀਆਂ ਨੇ, 2 ਦੇਸੀ ਕੱਟੇ ਪਿਸਤੌਲ ਪਲੱਸ 4 ਕਾਰਤੂਸ ਅਤੇ 115 ਬਲ ਬਰਾਮਦ ਹੋ ਚੁੱਕੇ ਨੇ, ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਹੋਇਆ। ਜਿਹੜੀ ਹੋਰ ਵਾਰਦਾਤਾਂ ਵੀ ਕਰ ਸਕਦੇ ਸੀ, ਜਿਸ ਤਰ੍ਹਾਂ ਚੋਣਾਂ ਦਾ ਸਮਾਂ ਆ ਰਿਹਾ, ਚੋਣਾਂ ਦੇ ਦੌਰਾਨ ਵੀ ਇਹਨਾਂ ਨੇ ਕੁਝ ਕਰਨਾ ਸੀ, ਇਸ ਤਰ੍ਹਾਂ ਹੋ ਸਕਦਾ ਕਰਦੇ ਜੀ ਇਹ ਜੀ? ਕੋਈ ਮੈਂ ਉੱਥੇ ਦੇਖੋ ਉੱਥੇ ਬੈਠੇ ਦਾਰੂ ਪੀ ਰਹੇ ਸੀ ਜੀ, ਮੈਨੂੰ ਕਿਹਾ ਹੋਇਆ ਸੀ ਵੀ ਮੈਂ ਆਪਣੇ ਸਾਲ ਦੀ ਅਰੇਂਜਮੈਂਟ ਸੀ ਜੀ, ਮੈਂ ਛਾਪਾਂ ਦੇਖ ਕੇ ਆਣੀਆਂ ਨੇ, ਇਹ ਪਿੱਛੋਂ ਦੂਜਾ ਮੁੰਡਾ ਇਹਨੂੰ ਲੈ ਕੇ ਆ ਗਿਆ। ਤੂੰ ਪੁੱਛੋ ਜੀ ਉਹ ਲੈ ਕੇ ਆਇਆ ਮੁੰਡਾ? ਤੀਜਾ ਬੰਦਾ ਉਹ ਇਹਨੂੰ ਪਤਾ ਜੀ ਫਰਾਰ ਆ ਜੀ। ਸਰ ਅਸੀਂ ਡਰਿੰਕ ਕਰ ਰਹੇ ਸੀ ਸਰ, ਠੀਕ ਹੈ, ਇਹਨਾਂ ਨੇ ਛਾਪਾਂ ਵਗੈਰੀ ਕਿਹਾ ਵੀ ਮੈਂ ਆਪਣੇ ਸਾਲੇ ਦੇ ਵਾਰੀ ਛਾਪਾਂ ਦੇਖ ਕੇ ਆਉਣੀਆਂ ਨੇ, ਅਤੇ ਦੂਸਰਾ ਜਿਹੜਾ ਤੀਜਾ ਬੰਦਾ ਹੀ ਹੈ ਉਹ ਵੀ ਡਰਿੰਕ ਕਰ ਰਿਹਾ ਸੀ, ਮੈਨੂੰ ਨਹੀਂ ਸੀ ਪਤਾ ਉਹਦੇ ਮਾਇੰਡ ਵਿੱਚ ਕੀ ਚੱਲਦਾ ਪਿਆ। ਹੁਣ ਇਹ ਮੈਨੂੰ ਮੋਟਰਸਾਈਕਲ ਫੜਾਇਆ, ਮੋਟਰਸਾਈਕਲ ਫੜਾਉਣ ਦੇ ਬਾਵਜੂਦ ਹੁਣ ਇਹੀ ਵਾਰਦਾਤ ਗਗਨਾ ਮੁੰਡਾ ਜੀ, ਗਗਨਦੀਪ ਪੂਰੀ ਇਹੀ ਮਾਮਗੜਦਾ ਜੀ। ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਬੰਮਣੇ ਪਿੰਡ ਦਾ ਜੀ। ਇਹ ਜਿਹੜੇ ਕਥਿਤ ਆਰੋਪੀ ਹੈ ਇਹਨਾਂ ਨੇ ਵੀ ਖੁਦ ਕਬੂਲ ਕੀਤਾ ਕਿ ਅਸੀਂ ਨਸ਼ਾ ਕਰ ਰਹੇ ਸੀ, ਨਸ਼ੇ ਕੇ ਬਾਅਦ ਅਸੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੇਕਿਨ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ ਵੀ ਇਹਨਾਂ ਦੇ ਹਥਿਆਰ ਵੀ ਬਰਾਮਦ ਹੋਏ ਹੈ, ਔਰ ਜਿਹੜੀ ਵਾਰਦਾਤ ਦੇ ਸੋਨੇ ਦੀ ਅੰਗੂਠੀਆਂ ਚੋਰੀ ਕੀਤੀਆਂ ਸੀ, ਲੁੱਟ ਕੇ ਫਰਾਰ ਹੋਏ ਸੀ, ਉਹ ਵੀ ਪੁਲਿਸ ਨੇ ਬਰਾਮਦ ਕੀਤੇ ਹੈ। ਇਹ ਪੁਲਿਸ ਵੱਲੋਂ ਜਿਹੜਾ ਮਾਮਲਾ ਸੁਲਝਾਇਆ ਗਿਆ, ਇਹ ਇੱਕ ਬੜੀ ਕਾਮਯਾਬੀ ਹੈ ਸਿਟੀ ਪੁਲਿਸ ਸਮਾਣਾ ਦੀ। ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।